ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਸਾਰਿਆਂ ਦਾ AH ਸਮਾਜਿਕ ਸਿੱਖਿਆ ਕਲਾਸ ਦੇ ਵਿੱਚ। ਬਰਤਾਨਵੀ ਰਾਜ ਦੇ ਨਾਲ ਸੰਬੰਧਿਤ ਮਹੱਤਵਪੂਰਨ ਪ੍ਰਸ਼ਨਾਂ ਦੀ ਸਾਡੀ ਲੜੀ ਚੱਲ ਰਹੀ ਹੈ, ਲੈ ਕੇ ਹਾਜ਼ਰ ਹਾਂ ਅੱਜ ਦੇ ਅਗਲੇ ਪ੍ਰਸ਼ਨ। ਸਭ ਤੋਂ ਪਹਿਲਾ ਪ੍ਰਸ਼ਨ ਹੈ ਜੀ, ਆਜ਼ਾਦ ਹਿੰਦ ਫੌਜ ਵਿੱਚ ਸਭ ਤੋਂ ਵੱਧ ਸੈਨਿਕ ਕਿਹੜੇ ਰਾਜ ਤੋਂ ਸਨ? ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਹੈ ਜੀ। ਉੱਤਰ ਪ੍ਰਦੇਸ਼, ਮਹਾਰਾਸ਼ਟਰ, ਪੱਛਮੀ ਬੰਗਾਲ, ਪੰਜਾਬ। ਤਾਂ ਸਹੀ ਉੱਤਰ ਰਹੇਗਾ ਪੰਜਾਬ। ਆਜ਼ਾਦ ਹਿੰਦ ਫੌਜ ਦੇ ਵਿੱਚੋਂ ਸਭ ਤੋਂ ਵੱਧ ਸੈਨਿਕ ਸਨ ਪੰਜਾਬ ਤੋਂ ਸਨ। ਪ੍ਰਸ਼ਨ ਨੰਬਰ 2 ਦੇ ਵਿੱਚ ਆ, ਪੰਜਾਬ ਵਿੱਚ ਭਾਰਤ ਛੱਡੋ ਅੰਦੋਲਨ ਦਾ ਵਿਰੋਧ ਕਿਸ ਪਾਰਟੀ ਨੇ ਕੀਤਾ? ਅਕਾਲੀ ਦਲ, ਯੂਨੀਅਨਿਸਟ ਪਾਰਟੀ, ਸਿੱਖ ਲੀਗ? ਕੋਈ ਨਹੀਂ, ਤਾਂ ਇਸਦਾ ਸਹੀ ਉੱਤਰ ਆਏਗਾ ਯੂਨੀਅਨਿਸਟ ਪਾਰਟੀ, ਜਿਹੜਾ ਪੰਜਾਬ ਵਿੱਚ ਭਾਰਤ ਛੱਡੋ ਅੰਦੋਲਨ ਸੀਗਾ, ਭਾਰਤ ਛੱਡੋ ਅੰਦੋਲਨ ਦਾ ਔਰ ਵਿਰੋਧ ਜਿਹੜਾ ਪੰਜਾਬ ਵਿੱਚ ਇਸ ਪਾਰਟੀ ਨੇ ਕੀਤਾ। ਪ੍ਰਸ਼ਨ ਨੰਬਰ 3 ਦੇ ਵਿੱਚ ਆ, ਰਾਮ ਮੁਹੰਮਦ ਸਿੰਘ ਆਜ਼ਾਦ ਕਿਹੜੇ ਕ੍ਰਾਂਤੀਕਾਰੀ ਦਾ ਉਪਨਾਮ ਸੀ? ਸਰਦਾਰ ਭਗਤ ਸਿੰਘ, ਸ਼ਹੀਦ ਊਧਮ ਸਿੰਘ, ਸਰਦਾਰ ਭਗਵਤੀ ਚਰਨ ਵੋਰਾ, ਚੰਦਰ ਸ਼ੇਖਰ ਆਜ਼ਾਦ? ਤਾਂ ਸਹੀ ਉੱਤਰ ਰਹੇਗਾ ਸ਼ਹੀਦ ਊਧਮ ਸਿੰਘ। ਪ੍ਰਸ਼ਨ ਨੰਬਰ 4 ਦੇ ਵਿੱਚ, ਆਨੰਦਗੜ੍ਹ ਦੀ ਰਸਮ ਨੂੰ ਕਾਨੂੰਨੀ ਮਾਨਤਾ ਦਿਵਾਉਣ ਵਿੱਚ ਸਭ ਤੋਂ ਪਹਿਲਾਂ ਵਿਚਾਰ ਕਿਸ ਨੇ ਦਿੱਤਾ ਸੀ? ਟਿੱਕਾ, ਰਿਪੂਦਮਨ ਸਿੰਘ, ਬਾਬਾ ਪ੍ਰਤਾਪ ਸਿੰਘ ਨਾਮਧਾਰੀ, ਸੁੰਦਰ ਸਿੰਘ ਮਜੀਠੀਆ, ਮਹਾਰਾਜਾ ਹੀਰਾ ਸਿੰਘ? ਤਾਂ ਸਹੀ ਉੱਤਰ ਰਹੇਗਾ ਟਿੱਕਾ, ਰਿਪੂਦਮਨ ਸਿੰਘ। ਪ੍ਰਸ਼ਨ ਨੰਬਰ 5 ਦੇ ਵਿੱਚ ਹੈ ਜੀ, ਆਨੰਦ ਮੈਰਿਜ ਐਕਟ ਕਦੋਂ ਪਾਸ ਕੀਤਾ ਗਿਆ? 18 ਅਗਸਤ 1908, 20 ਦਸੰਬਰ 1908, 22 ਅਕਤੂਬਰ 1909, 27 ਅਗਸਤ 1909? ਤਾਂ ਸਹੀ ਉੱਤਰ ਹੈ ਜੀ 22 ਅਕਤੂਬਰ 1909। ਪ੍ਰਸ਼ਨ ਨੰਬਰ 6 ਦੇ ਵਿੱਚ ਆ, ਪੰਜਾਬ ਵਿੱਚ ਲਾਲ ਕੁਰਤੀ ਸੰਗਠਨ ਦੀ ਸਥਾਪਨਾ ਕਿਸ ਨੇ ਕੀਤੀ? ਲਾਲਾ ਲਾਜਪਤ ਰਾਏ ਜੀ, ਖਾਨ ਅਬਦੁਲ ਗਰਾਫ ਖਾਂ, ਸਿਕੰਦਰ ਹਯਾਤ ਖਾਂ, ਚੌਧਰੀ ਅਫਜ਼ਲ ਖਾਂ? ਤਾਂ ਸਹੀ ਉੱਤਰ ਆਏਗਾ ਜੀ ਖਾਨ ਅਬਦੁਲ ਗਰਾਫ ਖਾਂ। ਪ੍ਰਸ਼ਨ ਨੰਬਰ 7 ਦੇ ਵਿੱਚ ਹੈ, ਮੁਗਲ ਗੁਲਾਮ ਪੰਜਾਬ ਦਾ ਪਹਿਲਾ ਮੁੱਖ ਮੰਤਰੀ ਕੌਣ ਸੀ? ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਜੀ, ਲਾਲਾ ਲਾਜਪਤ ਰਾਏ ਜੀ, ਖਾਨ ਅਬਦੁਲ ਗਰਾਫ ਖਾਂ, ਸਿਕੰਦਰ ਹਯਾਤ ਖਾਂ, ਚੌਧਰੀ ਅਫਜ਼ਲ ਖਾਂ? ਦਾ ਸਹੀ ਉੱਤਰ ਆਏਗਾ ਜੀ ਸਿਕੰਦਰ ਹਯਾਤ ਖਾਂ। ਪ੍ਰਸ਼ਨ ਨੰਬਰ 8 ਦੇ ਵਿੱਚ ਹੈ ਜੀ, ਕਿਰਤੀ ਕਿਸਾਨ ਪਾਰਟੀ ਦਾ ਸੰਸਥਾਪਕ ਕੌਣ ਸੀ? ਸਰਦਾਰ ਭਗਤ ਸਿੰਘ, ਸਰਦਾਰ ਅਜੀਤ ਸਿੰਘ, ਸੋਹਨ ਸਿੰਘ ਜੋਸ਼, ਡਾਕਟਰ ਸੁਖਪਾਲ? ਦਾ ਸਹੀ ਉੱਤਰ ਹੈ ਜੀ ਸੋਹਨ ਸਿੰਘ ਜੋਸ਼। ਪ੍ਰਸ਼ਨ ਨੰਬਰ 9 ਦੇ ਵਿੱਚ ਹੈ, ਭਾਰਤ ਵਿੱਚ ਪੂਰਨ ਸੁਤੰਤਰਤਾ ਦੀ ਮੰਗ ਕਦੋਂ ਕੀਤੀ ਗਈ? 1928, 1929, 1930, 1931? ਤਾਂ ਸਹੀ ਉੱਤਰ ਹੈ ਜੀ 1929 ਈਸਵੀ ਦੇ ਵਿੱਚ। ਪ੍ਰਸ਼ਨ ਨੰਬਰ 10 ਅੱਜ ਦਾ ਅਖੀਰਲਾ ਪ੍ਰਸ਼ਨ ਹੈ ਸਾਡਾ, ਪੰਜਾਬ ਦੇ ਕਿਹੜੇ ਸ਼ਹਿਰ ਵਿੱਚ ਭਾਰਤ ਦੀ ਪੂਰਨ ਸੁਤੰਤਰਤਾ ਦੀ ਮੰਗ ਕੀਤੀ ਗਈ? ਅੰਮ੍ਰਿਤਸਰ, ਦਿੱਲੀ, ਮੁਲਤਾਨ, ਲਾਹੌਰ? ਤਾਂ ਸਹੀ ਉੱਤਰ ਹੈ ਜੀ ਲਾਹੌਰ। ਠੀਕ ਹੈ ਜੀ, ਇਹ ਸਨ ਸਾਡੇ ਅੱਜ ਦੇ ਪ੍ਰਸ਼ਨ। ਤਾਂ ਹਮੇਸ਼ਾ ਦੀ ਤਰ੍ਹਾਂ ਕਮੈਂਟ ਬਾਕਸ ਦੇ ਵਿੱਚ ਤੁਹਾਨੂੰ ਲਿੰਕ ਵੀ ਸੈਂਡ ਕੀਤਾ ਜਾਏਗਾ ਤੁਹਾਡੇ ਟੈਸਟ ਦੇ ਲਈ, ਦੁਹਰਾਈ ਦੇ ਲਈ। ਅਸੀਂ ਟੈਸਟ 'ਤੇ ਜਾ ਕੇ ਲਿੰਕ 'ਤੇ ਜਾ ਕੇ ਟੈਸਟ ਜ਼ਰੂਰ ਕਰਨਾ, ਔਰ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰਨਾ ਆਪਣੇ ਦੋਸਤ ਦੇ ਵਿੱਚ, ਫਰੈਂਡਸ ਦੇ ਵਿੱਚ, ਤਾਂ ਕਿ ਮੁਕਾਬਲਾ ਵੱਧ ਤੋਂ ਵੱਧ ਬੱਚਿਆਂ ਦੇ ਵਿੱਚ ਹੋਵੇ। ਔਰ ਵੀਡੀਓ ਨੂੰ ਸ਼ੇਅਰ ਲਾਈਕ ਜ਼ਰੂਰ ਕਰੋ। ਹਰੇਕ ਨੋਟੀਫਿਕੇਸ਼ਨ ਦੇ ਆਉਣ ਦੇ ਲਈ ਘੰਟੀ ਵਾਲੇ ਬਟਨ ਨੂੰ ਪ੍ਰੈਸ ਕਰੋ, ਤਾਂ ਕਿ ਸਾਡਾ ਹਰੇਕ ਵੀਡੀਓ ਤੁਹਾਡੇ ਤੱਕ ਆਸਾਨੀ ਨਾਲ ਪਹੁੰਚਦਾ ਰਹੇ। ਚੈਨਲ ਨੂੰ ਸਬਸਕ੍ਰਾਈਬ ਕਰੋ। ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ। ਤੁਹਾਡਾ ਸਭ ਦਾ ਸਮੇਂ ਸ਼ੁਭ ਰਹੇ। ਧੰਨਵਾਦ ਜੀ।